ਫਾਜ਼ਿਲਕਾ ਦੇ ਦਫ਼ਤਰ ਸਿਵਲ ਸਰਜਨ ਦੇ ਬਾਹਰ NHM ਐਮਪਲਾਈਜ਼ ਯੂਨੀਅਨ ਦਾ ਧਰਨਾ 45ਵੇਂ ਦਿਨ ਵੀ ਰਿਹਾ ਜਾਰੀ। ਸਰਕਾਰ ਤੋਂ ਕੀਤੀ ਜਾ ਰਹੀ ਹੈ ਮੰਗਾਂ ਮੰਨਣ ਦੀ ਅਪੀਲ। ਫਾਜ਼ਿਲਕਾ ਦੇ ਦਫ਼ਤਰ ਸਿਵਲ ਸਰਜਨ ਦੇ ਬਾਹਰ NHM ਐਮਪਲਾਈਜ਼ ਯੂਨੀਅਨ ਦਾ ਧਰਨਾ 45ਵੇਂ ਦਿਨ ਵੀ ਜਾਰੀ ਰਿਹਾ। ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਦਾ ਇਹ ਧਰਨਾ 16 ਨਵੰਬਰ ਤੋਂ ਇੱਥੇ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ। ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਜਿਸ ਦੇ ਚੱਲਦੇ ਉਹਨਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ NHM ਕਰਮਚਾਰੀ ਪਿਛਲੇ 45 ਦਿਨਾਂ ਤੋਂ ਸਰਕਾਰ ਤੱਕ ਆਪਣੀ ਗੱਲ ਪਹੁੰਚਾ ਰਹੇ ਹਨ, ਲੇਕਿਨ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਚੱਲਦਿਆਂ ਉਹਨਾਂ ਦਾ ਇਹ ਧਰਨਾ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਪੱਧਰ 'ਤੇ ਫੈਸਲਾ ਹੋਣ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਏਗਾ। ਜਿਹੜਾ ਪ੍ਰਦਰਸ਼ਨ ਹੈਗਾ ਉਹ ਚੱਲਦਾ ਪਿਆ ਹੈਗਾ, 16 ਨਵੰਬਰ ਤੋਂ ਜਿਹੜਾ ਪ੍ਰਦਰਸ਼ਨ ਜਾਰੀ ਹੋਇਆ ਸੀ ਅਤੇ ਹਜੇ ਵੀ ਚੱਲ ਰਿਹਾ। ਸਰਕਾਰ ਨੂੰ ਵਾਰ ਵਾਰ ਅਸੀਂ ਮੀਟਿੰਗਾਂ ਹੋ ਰਹੀਆਂ ਨੇ, ਪਰ ਉਹ ਮੀਟਿੰਗਾਂ ਸਾਰੀਆਂ ਬੇਸਿੱਟਾ ਹੋ ਰਹੀਆਂ ਨੇ ਅਤੇ ਸਾਡੀ ਗੁਜ਼ਾਰਿਸ਼ ਹੈ ਤੁਹਾਡੇ ਰਾਹੀਂ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਹਾਂ ਵੀ ਜਿਹੜੇ ਇੰਨੇ ਦਿਨ ਹੋ ਗਏ ਸਰਕਾਰ ਨੂੰ ਅਸੀਂ ਆਪਦੀ ਗੱਲ ਸੁਣਾ ਰਹੇ ਹਾਂ, 45ਵਾਂ ਦਿਨ ਚੱਲ ਪਿਆ ਹੈਗਾ, ਧਰਨੇ 'ਤੇ ਬੈਠੇ ਨੇ, ਕੰਮ ਜਿਹੜੇ ਪ੍ਰਭਾਵਿਤ ਹੋ ਰਹੇ ਨੇ, ਲੋਕਾਂ ਨੂੰ ਸੇਵਾਵਾਂ ਮਿਲਣ 'ਚ ਮੁਸ਼ਕਲ ਆ ਰਹੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਸਰਕਾਰ ਨੂੰ ਜਿਹੜਾ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਜਿਹੜੀਆਂ ਮੰਗਾਂ ਹੈਗੀਆਂ ਨੇ ਇਹ ਜਾਇਜ਼ ਮੰਗਾਂ ਹੈਗੀਆਂ ਨੇ, ਹੱਕੀ ਮੰਗਾਂ ਹੈਗੀਆਂ ਨੇ, ਕੋਈ ਨਜਾਇਜ਼ ਨਹੀਂ, ਸਰਕਾਰ ਇਹਨਾਂ ਨੂੰ ਪੂਰਾ ਕਰ ਸਕਦੀ ਹੈਗੀ। ਲੇਕਿਨ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਤਾਂ ਕਿਤੇ ਨਾ ਕਿਤੇ ਉਹਦੇ 'ਚ ਕੋਈ ਫਰਕ ਹੈ ਜਿਹੜਾ ਜਿਹਦੇ ਕਾਰਨ ਜਿਹੜੀ ਹਜੇ ਤੱਕ ਸਾਡੀ ਸੁਣਵਾਈ ਨਹੀਂ ਹੋ ਪਾ ਰਹੀ ਹੈ। ਫਾਜ਼ਿਲਕਾ ਦੇ ਵਿੱਚ ਤੁਸੀਂ ਕਿੰਨੇ ਕਰਮਚਾਰੀ ਹੋ ਜਿਹੜੇ ਧਰਨੇ 'ਤੇ ਬੈਠੇ? ਫਾਜ਼ਿਲਕਾ 'ਚ ਅਸੀਂ 350 ਦੇ ਕਰੀਬ ਮੁਲਾਜ਼ਮ ਹੈਗੇ ਜਿਹੜੇ ਅਸੀਂ ਧਰਨੇ 'ਤੇ ਬੈਠੇ ਹੈਗੇ ਹਾਂ ਅਤੇ ਸਾਰੇ ਹੀ ਜਿਹੜੇ ਮੁਲਾਜ਼ਮ ਹੈਗੇ ਆਏ ਨੇ। ਹੁਣ ਕੋਈ ਅਗਲੀ ਨੀਤੀ ਬਾਰੇ ਸੋਚਦੇ, ਜਿੱਦਾਂ ਹੀ ਸਟੇਟ ਕਮੇਟੀ ਕੋਈ ਸਾਨੂੰ ਐਲਾਨ ਕਰਦੀ ਹੈ ਕੋਈ ਧਰਨੇ ਆ ਕੋਈ ਲਗਾਉਣਾ ਰੈਲੀ ਕਰਨੀ ਹੈ ਕੋਈ ਆਪਣੇ ਸੂਬਾ ਪੱਧਰ ਦੀ, ਤਾਂ ਸਾਰੇ ਸਾਥੀ ਤਿਆਰ ਨੇ ਇਹਦੇ ਵਾਸਤੇ।